अंदर कुछ भी नहीं जाता, सिर्फ दुध दुध जाऊगा। आ बाहर जो कचरा जो भी लगे हुआ कुछ भी नहीं जाता, साफ सफाई ना दुध निकलता जी। भी जिवें आपां हत्थ नाल पशु नूं चौणे आ उह गंदगी भी थोड़ी मोटी विच जा सकदी है। कई वारी पशु पूछ मारदा बाल्टी दे विच भी उवें कुछ डिग पैंदा, पेशाब करदा छिट्टे पै जांदे इहदे, उह भी कोई चक्कर नहीं, क्योंकि इह ना इत्थों बंद हो जांदी। जिवें हत्थ नाल तुरता ही बंद ही आ, इत्थों बंद हो के पाइप दे नाल जा के दुध सीधा उह कैनी दे विच जांदा। ते भी दुध ओपन है नहीं, उत्तों कैनी बंद है, साफ सफाई भी पूरी रहिंदी है। ते आए आ मशीन लै जांदी है, हुण ला के भी आपां तुहानूं दिखा दिंदे ओह, कोई चक्कर नहीं पैंदा भी इह 5 तों लै के 7 मिंटां दे विच विच दुध कढ दिंदी है। बाकी पशु दे हिसाब नाल भी हैगा भी पशु अपना कार्ड है कि किवें है भी धार कढ लईए। ते आपां नूं इह दवाई लाउणी बहुत जरूरी है थणां ते। डिपकप्पा लाल दवाई जी, पोवाडीन। किहड़ी दवाई है जी इह? पोवाडीन विच मिलाई हुई है, ग्लिसरीन मिलाई हुई है। ठीक है जी, इह इस करके थणां नूं लग जांदी है। ਜਦੋਂ ਆਪਾਂ ਧਾਰਾਂ ਕੱਢਦੇ ਹਾਂ ਤਾਂ ਧਾਰ ਕੱਢਣ ਤੋਂ ਬਾਅਦ 24-25 ਮਿੰਟਾਂ ਤੱਕ ਅੱਧੇ ਘੰਟੇ ਤੱਕ ਜਿਹੜੇ ਥਣ ਦੇ ਸੁਰਾਖ ਹੁੰਦੇ ਉਹ ਖੁੱਲ੍ਹੇ ਰਹਿੰਦੇ ਆ ਜੀ। ਅੱਛਾ, ਅਤੇ ਹੁਣ ਉਹਨਾਂ 'ਚ ਦਵਾਈ ਪੈ ਗਈ ਜੀ। ਹੁਣ ਪਸ਼ੂ ਬਹਿ ਵੀ ਜਾਊਗਾ ਗਿੱਲੇ ਕੱਚੇ ਥਾਂ 'ਤੇ, ਕੋਈ ਵੀ ਬੈਕਟੀਰੀਆ ਅੰਦਰ ਨਹੀਂ ਜਾਊਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦਾ। ਅਤੇ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਪਹੁੰਚੇ ਸੀਗੇ ਸ਼੍ਰੀ ਗੁਰੂ ਨਾਨਕ ਡੇਅਰੀ ਫਾਰਮ ਦੇ ਵਿੱਚ। ਇਹ ਡੇਅਰੀ ਫਾਰਮ ਹੈ ਜਿਹੜਾ ਇਹ ਪਿੰਡ ਤਿੰਨ ਚੱਕ ਦੇ ਵਿੱਚ ਮੌਜੂਦ ਹੈ। ਅਤੇ ਪਿੰਡ ਤਿੰਨ ਚੱਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਤਹਿਸੀਲ ਸੂਰਤਗੜ ਲੱਗਦੀ ਹੈ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਹੈ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੁੱਧ ਚੋਣ ਵਾਲੀ ਮਸ਼ੀਨ ਵਿਖਾਉਣੀ ਹੈ ਅਤੇ ਇਹਦੇ ਬਾਰੇ ਆਪਾਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਵੀ ਇਹ ਮਸ਼ੀਨ ਕਿੰਨੇ ਕੁ ਦੀ ਆਉਂਦੀ ਹੈ, ਕਿੰਨੇ ਪਸ਼ੂਆਂ ਦਾ ਇਹ ਦੁੱਧ ਕੱਢ ਦਿੰਦੀ ਹੈ ਅਤੇ ਕਿੰਨੇ ਲੀਟਰ ਦੁੱਧ ਵੀ ਜਿਵੇਂ ਪਸ਼ੂ ਕਿੰਨਾ ਕੁ ਟਾਈਮ ਲਾਉਂਦੀ ਹੈ ਇੱਕ ਪਸ਼ੂ ਦਾ ਦੁੱਧ ਕੱਢਣ 'ਚ ਅਤੇ ਇਹਦੇ ਕੀ ਫਾਇਦੇ ਆ, ਹੈ ਨਾ। ਸਾਰੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰਨੀਆਂ, ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ। ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਲਓ ਜੀ। ਜਿਹੜੇ ਆਪਣੇ ਨਵੇਂ ਡੇਅਰੀ ਫਾਰਮਰ ਆ ਜਿਨ੍ਹਾਂ ਨੇ ਨਹੀਂ ਪਤਾ ਵੀ ਮਸ਼ੀਨ ਕਿਵੇਂ ਲੱਗਦੀ ਹੈ ਦੁੱਧ ਚੋਣ ਵਾਲੀ, ਅੱਜ ਆਪਾਂ ਤੁਹਾਨੂੰ ਮਸ਼ੀਨ ਲਾ ਕੇ ਵਿਖਾਵਾਂਗੇ ਵੀ ਸਭ ਤੋਂ ਪਹਿਲਾਂ ਤਾਂ ਪਸ਼ੂ ਦੇ ਥਣ ਧੋਣੇ ਆ, ਇਦੂ ਬਾਅਦ ਜਿਹੜੇ ਆ ਪੋਪਲੇ ਦਿਖੀ ਜਾਂਦੇ ਥਣਾਂ ਦੇ ਉੱਤੇ ਚੜ੍ਹਾ ਦੇਣੇ ਆ ਇੱਕ ਇੱਕ ਕਰਕੇ। ਇਹ ਵਿੱਚੋਂ ਕੀ ਹੈ, ਇਹ ਹਵਾ ਖਿੱਚਦੇ ਆ, ਸੂਤਾ ਮਾਰਦੇ ਆ, ਅਤੇ ਕੋਈ ਆਪਾਂ ਪ੍ਰੈਸ਼ਰ ਨਹੀਂ ਪਾਉਣਾ ਇਹਨਾਂ 'ਤੇ, ਸਿੱਧੇ ਆਪੇ ਲੱਗ ਜਾਣਗੇ। ਅਤੇ ਬਟਨ ਛੱਡਿਆ ਇੱਧਰ ਅਤੇ ਦੁੱਧ ਐਂ ਚਾਲੂ ਹੋ ਗਿਆ। ਅਤੇ ਸਾਰੇ ਜਿਵੇਂ ਹੁਣ 3-4 ਮਿੰਟ ਅਤੇ ਵੱਧ ਤੋਂ ਵੱਧ 5 ਮਿੰਟ ਲੱਗਦੇ ਆ ਪਸ਼ੂ ਦੀ ਧਾਰ ਕੱਢਣ 'ਤੇ। ਅਤੇ ਇਹ ਜਿਹੜੀ ਆਪਣੀ ਮਸ਼ੀਨ ਹੈ ਜੀ, ਇਹ ਫਿਰ ਕਿੰਨੇ ਕੁ ਟਾਈਮ 'ਚ ਪਸ਼ੂ ਦਾ ਦੁੱਧ ਕੱਢ ਦਿੰਦੀ ਹੈ? ਇਹ ਜਿਵੇਂ ਕੋਈ 20 ਲੀਟਰ ਦੁੱਧ ਵਾਲਾ ਪਸ਼ੂ ਹੈਗਾ, ਹਾਂਜੀ, ਜਾਂ ਜਿਵੇਂ 15 ਲੀਟਰ ਟਾਈਮ ਦਾ ਪਸ਼ੂ ਦੁੱਧ ਦਿੰਦਾ, ਅਤੇ ਉਹ ਜਿਵੇਂ ਜਿਹਦਾ ਪਸ਼ੂ ਜ਼ਿਆਦਾ ਖਿਰਲ ਹੈ, ਪਸ਼ੂ ਪੁੱਲ ਹੈ, ਤਾਂ ਉਹਦੀ ਛੇਤੀ ਧਾਰ ਨਿਕਲ ਜਾਂਦੀ ਹੈ। ਜਿਹੜਾ ਪਸ਼ੂ ਜ਼ਿਆਦਾ ਕਰੜ ਹੈ, ਜਿਹਦਾ ਪਸ਼ੂ ਦੁੱਧ ਹੌਲੀ ਹੌਲੀ ਨਿਕਲਦਾ, ਟਾਈਮ ਜ਼ਿਆਦਾ ਲੈਂਦਾ, ਉਹਦਾ ਉਵੇਂ ਜਿਵੇਂ ਹੱਥਾਂ ਦਾ ਹਿਸਾਬ ਹੀ ਆ, ਉਹ ਥੋੜ੍ਹਾ ਟਾਈਮ ਜ਼ਿਆਦਾ ਲੈ ਜਾਂਦਾ। ਬਾਕੀ ਲਗਭਗ 5-6 ਮਿੰਟ ਦਾ ਟਾਈਮ ਹੈਗਾ, ਜਿੰਨਾ ਮਰਜ਼ੀ ਦੁੱਧ ਦਿੰਦਾ ਹੋਵੇ ਪਸ਼ੂ, 5-6 ਮਿੰਟਾਂ ਦੇ ਵਿੱਚ ਪਸ਼ੂ ਨੂੰ ਫ੍ਰੀ ਕਰ ਦਿੰਦੀ ਹੈ ਜੀ। ਅੱਛਾ, ਵੀ ਦੁੱਧ ਦਾ ਕੋਈ ਹਿਸਾਬ ਨਹੀਂ ਗਾ, ਕਿੰਨਾ ਮਰਜ਼ੀ ਦੁੱਧ ਹੋਵੇ, 5-6 ਮਿੰਟ, 5-6 ਮਿੰਟਾਂ ਪਸ਼ੂ ਨੂੰ ਫ੍ਰੀ ਕਰ ਦਿੰਦੀ ਹੈ, ਬਹੁਤ ਟਾਈਮ ਲੱਗਦਾ। ਇਹ ਮਸ਼ੀਨ ਆਪਣੇ ਆਉਂਦੀ ਕਿੰਨੇ ਕਰੀ ਹੈ? ਇਹ ਵੈਨਸਨ ਦੀ ਮਸ਼ੀਨ ਜੀ, ਹੁਣੇ ਆਪਣੇ ਇੱਕ ਮੁੰਡਾ ਇੱਥੋਂ ਲੈ ਕੇ ਆਇਆ, ਹਾਂਜੀ, ਅਤੇ 55,000 ਦੀ ਨੈਸਲ ਡੈਰੀ ਥਰੂ ਆਈ ਹੈ, ਲਗਭਗ 75,000 ਦੀ ਮਸ਼ੀਨ ਮੇਰੇ ਹਿਸਾਬ ਨਾਲ, ਡਬਲ ਬਾਗਟ ਦੀ ਮਸ਼ੀਨ ਪੈਂਦੀ ਹੈ। ਅੱਛਾ, ਇਹ ਸਿੰਗਲ ਬੈਗਟ ਵਾਲੀ? ਇਹ ਸਿੰਗਲ ਬਾਗਟ ਵਾਲੀ ਹੈ ਤਾਂ ਡਬਲ ਬਾਗਟ ਹੀ ਹੈ, ਪਰ ਆਪਣੇ ਕੋਲ ਬਾਗਟੇ ਤਾਂ ਸਿੰਗਲ ਹੀ ਹੈ, ਆਪਾਂ ਇੱਕ ਬਾਗਟੇ 'ਤੇ ਹੋਰ ਲਾ ਸਕਦੇ ਹਾਂ, ਜੇ ਦੋ ਪਸ਼ੂ ਇਕੱਠਿਆਂ ਦੀ ਧਾਰਾਂ ਕਰਨੀ ਤਾਂ ਆਪਾਂ ਵੀ ਕੱਢ ਸਕਦੇ ਹਾਂ। ਡਬਲ ਵਾਲੀ 75,000 ਦੀ ਹੈ? ਡਬਲ ਵਾਲੀ 75,000 ਦੀ ਲਗਭਗ ਹੈਗੀ, 75-76,000 ਦੀ, ਪਰ ਜਿਹੜੇ ਨੈਸਲੇ ਨਾਲ ਕੰਟੈਕਟ ਹੈ, ਜਿਨ੍ਹਾਂ ਕੋਲ ਨੈਸਲੇ ਦਾ ਸੈਂਟਰ ਹੈ, ਉਹ ਨੈਸਲੇ ਉਸ ਫਾਰਮਰ ਨੂੰ, ਲਾਰਜ ਫਾਰਮ ਨੂੰ ਆਪਦੀ ਅਕਾਊਂਟ ਦੇ ਥਰੂ ਉਹ ਪੇਮੈਂਟ ਕੱਢਦੇ ਆ, ਅਤੇ ਉਹ ਉਹਨਾਂ ਨੂੰ 55,000 ਦੀ ਪ੍ਰੋਵਾਈਡ ਕਰਵਾ ਦਿੰਦੇ ਆ। ਵੀ ਉਹਦੇ ਸਬਸਿਡੀ ਵੀ ਆਪਾਂ ਨੂੰ? ਸਬਸਿਡੀ, ਹਾਂ, ਨੈਸਲੇ ਸਬਸਿਡੀ ਪ੍ਰੋਵਾਈਡ ਕਰਵਾ ਕੇ ਦਿੰਦੀ ਹੈ। ਠੀਕ ਹੈ ਜੀ, ਅਤੇ ਇਹਦਾ ਕੋਈ ਸਾਈਡ ਇਫੈਕਟ ਤਾਂ ਹੈ ਨਹੀਂ ਨਾ ਪਸ਼ੂ ਨੂੰ, ਜਿਵੇਂ ਆਪਾਂ ਵੀ ਹੱਥ ਨਾਲ ਚੋਣੇ? ਕੋਈ ਸਾਈਡ ਇਫੈਕਟ ਨਹੀਂ, ਪਸ਼ੂ ਵੇਖੋ ਆਰਾਮ ਨਾਲ ਖੜਾ, ਬਿਲਕੁਲ ਵਧੀਆ ਰਿਲੈਕਸ ਹੋ ਕੇ ਖੜਾ। ਆਪਾਂ ਹੱਥ ਨਾਲ ਧਾਰਾਂ ਕੱਢਦੇ ਹਾਂ, ਕਈ ਵਾਰੀ ਆਪਣੇ ਤੋਂ ਅੰਗੂਠਾ ਜ਼ਿਆਦਾ ਨੱਪੇ ਜਾਂਦਾ, ਕਈ ਵਾਰੀ ਆਪਣੀ ਉਂਗਲ ਚੁੱਭ ਜਾਂਦੀ ਹੈ, ਅੰਗੂਠਾ ਚੁੱਭ ਜਾਂਦਾ। ਵੈਸੇ ਸਹੀ ਵੀ ਡਾਕਟਰ ਰਿਕਮੈਂਡ ਇਹ ਕਰਦੇ ਆ ਵੀ ਤੁਸੀਂ ਹੱਥਾਂ ਨਾਲ ਨਾ ਕੱਢੋ ਤਾਂ ਬੈਟਰ ਹੈ, ਕਿਉਂਕਿ ਜ਼ਿਆਦਾ ਦੁੱਧ ਵਾਲੀਆਂ ਮਸ਼ੀਨਾਂ ਥਣਾਂ ਦੇ ਥਨੇਲੇ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ, ਕਈ ਵਾਰੀ ਜ਼ਿਆਦਾ ਘੁੱਟਿਆ ਖਿੱਚਿਆ ਜਾਂਦਾ,
ਹੱਥਾਂ ਨਾਲ ਪਹੁੰਚਾਉਣੇ ਥਣ ਵੱਧਦੇ ਵੀ ਜ਼ਿਆਦਾ ਅਤੇ ਜ਼ਿਆਦਾ ਵਧੇ ਥਣ ਪਸ਼ੂ ਨੂੰ ਖਰਾਬ ਕਰਦੇ ਕਿਉਂਕਿ ਬੈਠੇ ਉੱਠੇ ਪਸ਼ੂ ਦੇ ਖੁਦ ਦੇ ਆਪਦੇ ਖੁਰ ਥੱਲੇ ਜਾਂ ਕਿਸੇ ਚੀਜ਼ ਥੱਲੇ ਕੋਈ ਆ ਜਾਂਦਾ ਤਾਂ ਕੱਟ ਕਟਾਅ ਵਗੈਰਾ ਲੱਗ ਜਾਂਦਾ ਜਾਂ ਕੋਈ ਵੀ ਹੈ। ਇਹ ਛੋਟੇ ਛੋਟੇ ਥਣਾਂ ਨੂੰ ਮਤਲਬ ਵਧੀਆ ਬੜੀ ਸਲੋ ਸਲੋ ਤਰੀਕੇ ਨਾਲ ਬਹੁਤ ਵਾਈਬ੍ਰੇਸ਼ਨ ਕਰਕੇ ਚੰਗੀ ਤਰ੍ਹਾਂ ਦੁੱਧ ਕੱਢਦੀ ਹੈ ਅਤੇ ਪਸ਼ੂ ਨੂੰ ਬਹੁਤ ਰਿਲੈਕਸ ਮਹਿਸੂਸ ਹੁੰਦਾ ਇਹਨਾਂ ਵੀ। ਆਪਾਂ ਜਿਵੇਂ ਹੱਥ ਨਾਲ ਕੱਢਦੇ ਹਾਂ ਨਾ ਉਹ ਤਾਂ ਹੱਥਾਂ ਨਾਲ ਆਪਾਂ ਪ੍ਰੋਪਰ ਨਹੀਂ ਚੱਲਦੇ, ਆਪਾਂ ਇੱਕ ਹੱਥ ਨਾਲ ਕੱਢਣ ਲੱਗ ਗਏ, ਫਿਰ ਆਹ ਹੱਥ ਥੱਕ ਗਿਆ ਇਹਦੇ ਨਾਲ ਕੱਢਣ ਲੱਗ ਗਏ, ਇੱਕ ਨਾਲ ਜ਼ਿਆਦਾ ਖਿੱਚ ਲਿਆ, ਦੂਜਾ ਬੰਦਾ ਬੈਠਾ ਉਹ ਆਪਦੇ ਹਿਸਾਬ ਨਾਲ ਚਾਹੂਗਾ, ਆਪਦੇ ਹਿਸਾਬ ਨਾਲ ਚਾਹੂਗਾ, ਇਹਨੇ ਚਾਰੇ ਥਣ ਪ੍ਰੋਪਰ ਇੱਕ ਸਿਸਟਮ ਨਾਲ ਚੱਲਦੇ ਚਾਰੇ ਥਣ ਜੀ। ਠੀਕ ਹੈ ਜੀ, ਲਓ ਜੀ ਆਪਾਂ ਤੁਹਾਨੂੰ ਮਸ਼ੀਨ ਵਿਖਾਈ ਹੈ, ਵੈਂਸਨ ਕੰਪਨੀ ਦੀ ਮਸ਼ੀਨ ਹੈ ਇਹ, ਅਤੇ ਦੁੱਧ ਇਹਦੇ ਨਾਲ ਜਿਹੜਾ ਪਸ਼ੂ ਕੱਢਦਾ ਵੀ ਕਿੰਨਾ ਵੀ ਦੁੱਧ ਦਿੰਦਾ ਹੋਵੇ ਪਸ਼ੂ, ਉਹ ਕੋਈ ਚੱਕਰ ਨਹੀਂ ਪੈਂਦਾ ਵੀ ਇਹ 5 ਤੋਂ ਲੈ ਕੇ 7 ਮਿੰਟਾਂ ਦੇ ਵਿੱਚ ਵਿੱਚ ਦੁੱਧ ਕੱਢ ਦਿੰਦੀ ਹੈ। ਬਾਕੀ ਪਸ਼ੂ ਦੇ ਹਿਸਾਬ ਨਾਲ ਵੀ ਹੈਗਾ ਵੀ ਪਸ਼ੂ ਆਪਣਾ ਕਰਡ ਹੈ ਕਿ ਕਿਵੇਂ ਹੈ, ਅਤੇ ਸਾਈਡ ਇਫੈਕਟ ਇਹਦਾ ਕੋਈ ਹੈ ਨਹੀਂ ਗਾ। ਆਪਾਂ ਹੱਥਾਂ ਨਾਲ ਦੁੱਧ ਕੱਢਦੇ ਹਾਂ ਉਹਦੇ ਸਾਈਡ ਇਫੈਕਟ ਹੋ ਸਕਦੇ ਡਾਕਟਰ ਕਹਿੰਦੇ, ਪਰ ਆਹ ਮਸ਼ੀਨ ਦਾ ਕੋਈ ਸਾਈਡ ਇਫੈਕਟ ਨਹੀਂ, ਪਸ਼ੂ ਜਮ੍ਹਾਂ ਐਂ ਰਿਲੈਕਸ ਹੋ ਕੇ ਖੜ੍ਹ ਜਾਂਦਾ, ਤੁਸੀਂ ਸਾਹਮਣੇ ਦੇਖੀ ਜਾਂਦੇ ਹੋ। ਅੰਦਰ ਕੁਛ ਵੀ ਨਹੀਂ ਜਾਂਦਾ, ਸਿਰਫ ਦੁੱਧ ਦੁੱਧ ਜਾਊਗਾ, ਆਹ ਬਾਹਰ ਜਿਹੜਾ ਕਚਰਾ ਜਿਹੜਾ ਵੀ ਲੱਗਿਆ ਹੋਇਆ ਕੁਛ ਵੀ ਨਹੀਂ ਵਿੱਚ ਜਾਂਦਾ, ਸਾਫ਼ ਸਫਾਈ ਨਾਲ ਦੁੱਧ ਨਿਕਲਦਾ ਜੀ। ਵੀ ਜਿਵੇਂ ਆਪਾਂ ਹੱਥ ਨਾਲ ਪਸ਼ੂ ਨੂੰ ਚਾਉਣੇ ਆ ਉਹ ਗੰਦਗੀ ਵੀ ਥੋੜੀ ਮੋਟੀ ਵਿੱਚ ਜਾ ਸਕਦੀ ਹੈ, ਕਈ ਵਾਰੀ ਪਸ਼ੂ ਪੂਛ ਮਾਰਦਾ ਬਾਲਟੀ ਦੇ ਵਿੱਚ ਵੀ ਉਵੇਂ ਕੁਛ ਡਿੱਗ ਪੈਂਦਾ, ਪਿਸ਼ਾਬ ਕਰਦਾ ਛਿੱਟੇ ਪੈ ਜਾਂਦੇ, ਇਹਦੇ ਉਹ ਵੀ ਕੋਈ ਚੱਕਰ ਨਹੀਂ ਕਿਉਂਕਿ ਇਹ ਨਾ ਇੱਥੋਂ ਬੰਦ ਹੋ ਜਾਂਦੀ ਹੈ, ਜਿਵੇਂ ਇੱਥੇ ਨਾ ਧੁਰ ਤਾਂ ਹੀ ਬੰਦ ਹੀ ਆ, ਇੱਥੋਂ ਬੰਦ ਹੋ ਕੇ ਪੈਪ ਦੇ ਨਾਲ ਜਾ ਕੇ ਦੁੱਧ ਸਿੱਧਾ ਉਹ ਕੈਨੀ ਦੇ ਵਿੱਚ ਜਾਂਦਾ, ਅਤੇ ਵੀ ਦੁੱਧ ਓਪਨ ਹੈ ਨਹੀਂ, ਉੱਤੋਂ ਕੈਨੀ ਬੰਦ ਹੈ, ਸਾਫ਼ ਸਫਾਈ ਵੀ ਪੂਰੀ ਰਹਿੰਦੀ ਹੈ, ਅਤੇ ਐਂ ਆ ਮਸ਼ੀਨ ਲੈ ਜਾਂਦੀ ਹੈ। ਹੁਣ ਲਾ ਕੇ ਵੀ ਆਪਾਂ ਤੁਹਾਨੂੰ ਦਿਖਾਤੀ, ਅਤੇ ਬਸ ਜਦੋਂ ਆਪਾਂ ਧਾਰ ਕੱਢਦੇ ਹਾਂ ਪਸ਼ੂ ਦੀ, ਇਦੂ ਬਾਅਦ ਇਹਨੂੰ ਧੋਣਾ ਬਹੁਤ ਜ਼ਰੂਰੀ ਹੈ, ਜੇ ਆਪਾਂ ਨਾ ਧੋਵਾਂਗੇ ਤਾਂ ਇਹਦੇ ਵਿੱਚੋਂ ਫਿਰ ਤੁਹਾਨੂੰ ਪਤਾ ਹੀ ਵੀ ਮੁਸ਼ਕ ਵੀ ਆਉਣ ਲੱਗ ਜਾਂਦਾ। ਅਤੇ ਇੱਕ ਜਦੋਂ ਆਪਾਂ ਪਸ਼ੂ ਦੀ ਧਾਰ ਕੱਢ ਲਈਏ ਤਾਂ ਆਪਾਂ ਨੂੰ ਇਹ ਦਵਾਈ ਲਾਉਣੀ ਬਹੁਤ ਜ਼ਰੂਰੀ ਹੈ ਥਣਾਂ 'ਤੇ। ਲਾਲ ਦਵਾਈ ਜੀ, ਪੋਵਾਡੀਨ, ਕਿਹੜੀ ਦਵਾਈ ਹੈ ਜੀ ਇਹ? ਪੋਵਾਡੀਨ ਵਿੱਚ ਮਲਾਈ ਹੋਈ ਹੈ, ਗਲਿਸਰੀਨ ਮਲਾਈ ਹੋਈ ਹੈ। ਠੀਕ ਹੈ ਜੀ, ਇਹ ਇਸ ਕਰਕੇ ਥਣਾਂ ਨੂੰ ਲੱਗ ਜਾਂਦੀ ਹੈ ਜਦੋਂ ਆਪਾਂ ਧਾਰਾਂ ਕੱਢਦੇ ਹਾਂ, ਅਤੇ ਧਾਰ ਕੱਢਣ ਤੋਂ ਬਾਅਦ 24-25 ਮਿੰਟਾਂ ਤੱਕ ਅੱਧੇ ਘੰਟੇ ਤੱਕ ਜਿਹੜੇ ਥਣ ਦੇ ਸੁਰਾਖ ਹੁੰਦੇ ਉਹ ਖੁੱਲ੍ਹੇ ਰਹਿੰਦੇ ਆ ਜੀ। ਅੱਛਾ, ਅਤੇ ਹੁਣ ਉਹਨਾਂ 'ਚ ਦਵਾਈ ਪੈ ਗਈ ਜੀ, ਹੁਣ ਪਸ਼ੂ ਬਹਿ ਵੀ ਜਾਊਗਾ ਗਿੱਲੇ ਕੱਚੇ ਥਾਂ 'ਤੇ, ਕੋਈ ਵੀ ਬੈਕਟੀਰੀਆ ਅੰਦਰ ਨਹੀਂ ਜਾਊਗਾ। ਵੀ ਇਹ ਉਸ ਤੋਂ ਵੀ ਰੋਕਥਾਮ ਕਰਦੀ ਹੈ ਨਾ, ਜਿਹੜੀ ਮਸਟੈਟਸ ਵਾਲੀ ਆਪਾਂ ਬਿਮਾਰੀ ਕਹਿ ਦਿੰਦੇ ਹਾਂ, ਵਧੀਆ ਕੋਈ ਵੀ ਬੈਕਟੀਰੀਆ। ਹੁਣ ਆਹ ਸੁਰਾਖ ਦੇਖੋ ਅੱਗੋਂ ਪ੍ਰੋਪਰ ਬੰਦ ਹੋ ਚੁੱਕਿਆ, ਅਤੇ ਮਤਲਬ ਅੱਗੋਂ ਸੁਰਾਖ ਦੋਨੇ ਆ ਬੰਦ ਹੋ ਗਏ, ਪੋਵਾਡੀਨ ਲੱਗ ਗਈ ਵਿੱਚ, ਇਹਦੇ ਦਵਾਈ ਵਿੱਚ ਵੜ ਗਈ, ਵਿੱਚ ਵੜ ਗਈ, ਬੰਦ ਹੋ ਗਿਆ ਸੁਰਾਖ। ਨਹੀਂ ਤਾਂ ਜੇ ਆਪਾਂ ਨਾ ਵੀ ਬੰਦ ਕਰੀਏ ਤਾਂ ਇਹ 24-25 ਮਿੰਟਾਂ ਤੱਕ ਸੁਰਾਖ ਖੁੱਲ੍ਹੇ ਰਹਿੰਦੇ ਆ, ਜਿਹਦੇ ਵਿੱਚ ਬੈਕਟੀਰੀਆ ਥੱਲੋਂ ਗੰਦਗੀ ਗੋਹਾ ਮਿੱਟੀ ਦੇ ਵਿੱਚ ਕੋਈ ਬੈਕਟੀਰੀਆ ਹੁੰਦੇ ਉਹ ਅੰਦਰ ਚਲੇ ਜਾਂਦੇ ਆ, ਪਸ਼ੂ ਦੇ ਥਨੇਲਾ ਰੋਗ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ, ਅਤੇ ਬਾਕੀ ਹੁਣ ਤੁਸੀਂ ਮਸ਼ੀਨ ਵੇਖ ਲਈਏ, ਤੁਹਾਨੂੰ ਆਪਾਂ ਰੇਟ ਵੀ ਦੱਸਤਾ ਵੀ ਕਿੰਨੇ ਕੁ ਦੀ ਇਹ ਆਉਂਦੀ ਹੈ, ਅਤੇ ਸਬਸਿਡੀ ਵੀ ਮਿਲਦੀ ਹੈ, ਅਤੇ ਪਸ਼ੂਆਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਸੈਕਿੰਡ ਹੈਂਡ ਜੇ ਆਪਾਂ ਲੈਣੀ ਹੋਵੇ ਤਾਂ ਆਪਾਂ ਨੂੰ 30,000 ਦੀ ਇਹ ਵੈਨਸਨ ਦੀ ਮਸ਼ੀਨ ਮਿਲ ਜਾਂਦੀ ਹੈ, ਸੈਕਿੰਡ ਹੈਂਡ ਮਿਲਣੀ ਹੋਵੇ ਤਾਂ। ਸੈਕਿੰਡ ਹੈਂਡ ਕਿੰਨੇ? ਆਪਾਂ ਸੈਕਿੰਡ ਹੈਂਡ ਲਈ ਸੀ, ਆਪਾਂ ਨੂੰ 29,000 ਦੀ ਪਈ ਹੈ ਜੀ ਇਹ ਮਸ਼ੀਨ, ਫਿਟਿੰਗ ਫੁਟਿੰਗ ਕਰਕੇ ਪੈਪਾਂ ਉਪਾਂ ਕਰਕੇ ਸਾਰਾ 30,000 ਦੀ ਪਈ ਹੈ ਆਪਾਂ ਨੂੰ, ਬਹੁਤ ਵਧੀਆ ਵੈਨਸਨ ਦੀ ਮਸ਼ੀਨ ਹੈ ਜਿਹੜੀ, ਉਹ ਨਵੀਂ ਪੁਰਾਣੀ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਹੁੰਦਾ ਜ਼ਿਆਦਾ, ਅਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੀ ਜਾਂਦੀ ਜੀ। ਹੁਣ ਵੀ ਆਪਾਂ ਸੈਕਿੰਡ ਹੈਂਡ ਵੀ ਜਿਵੇਂ ਇਹ ਮਸ਼ੀਨ ਲਵਾਂਗੇ ਤਾਂ ਆਪਾਂ ਨੂੰ 30,000 ਦੀ ਮਿਲ ਜੂਗੀ, ਅਤੇ ਜਿਵੇਂ ਆਪਣੇ ਕੋਲ 5 ਪਸ਼ੂ ਹੈ ਜਾਂ 5 ਤੋਂ 7 ਪਸ਼ੂ ਹੈ ਹੈ ਨਾ, ਉਹਦੇ ਵਾਸਤੇ ਇੱਕ ਮਸ਼ੀਨ ਆਪਾਂ ਨੂੰ ਕਾਫੀ ਹੈ ਵੀ ਵਧੀਆ ਹੈਗੀ ਹੈ, ਅਤੇ ਮਸ਼ੀਨ ਦੀ ਲੋੜ ਵੀ ਹੈ ਕਿਉਂਕਿ 5-7 ਪਸ਼ੂਆਂ ਦੀਆਂ ਧਾਰਾਂ ਕੱਢਣੀਆਂ ਔਖਾ ਕੰਮ ਹੋ ਜਾਂਦਾ ਥੋੜ੍ਹਾ ਜਿਹਾ, ਅਤੇ ਬਾਕੀ ਸੇਫਟੀ ਵੀ ਹੈ ਇਹਦੀ, ਜਿਵੇਂ ਆਪਾਂ ਹੁਣ ਹੱਥ ਨਾਲ ਦੁੱਧ ਕੱਢਦੇ ਹਾਂ ਉਹਦਾ ਨੁਕਸਾਨ ਵੀ ਬਹੁਤ ਹੁੰਦਾ, ਆਪਾਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਵੀ ਥਾਣ ਹੈ ਜਿਹੜੇ ਖਰਾਬ ਹੋ ਜਾਂਦੇ ਹੈ ਨਾ, ਅਤੇ ਮਸ਼ੀਨ ਨਾਲ ਇੱਕ ਫਾਇਦਾ ਐਂ ਵੀ ਹੋ ਜਾਂਦਾ ਵੀ ਜਿਹੜੀ ਮਸਟੈਟਸ ਵਾਲੀ ਬਿਮਾਰੀ ਆ ਪਸ਼ੂਆਂ ਨੂੰ ਜ਼ਿਆਦਾ ਆਉਂਦੀ ਹੈ ਉਹ ਵੀ ਨਹੀਂ ਹੁੰਦੀ, ਅਤੇ ਦੁੱਧ। ਅਤੇ ਇਹ ਜਿਹੜੀ ਮਸ਼ੀਨ ਆ ਆਪਣੇ ਵੈਂਸਨ ਕੰਪਨੀ ਦੀ ਮਸ਼ੀਨ ਹੈ, ਬਹੁਤ ਵਧੀਆ ਕੁਆਲਿਟੀ ਦੀ ਆਉਂਦੀ ਹੈ, ਲਾਈਟ 'ਤੇ ਚੱਲਦੀ ਹੈ ਇਹ, ਅਤੇ ਸਿੱਧਾ ਹੁਣ ਇੱਧਰੋਂ ਦੁੱਧ ਨਿਕਲ ਕੇ ਪੈਪਾਂ ਵਿੱਚ ਦੀ ਆ ਢੋਲੀ ਦੇ ਵਿੱਚ ਜਾਈ ਜਾਂਦਾ। ਅਤੇ ਇੱਕ ਗੱਲ ਇਸ ਮਸ਼ੀਨ ਦੀ ਹੋਰ ਆ ਖਾਸੀਅਤ ਵੀ ਜਿਵੇਂ ਆਪਾਂ ਇੱਕ ਪਸ਼ੂ ਦਾ ਦੁੱਧ ਕੱਢ ਲਿਆ ਆਪਾਂ ਨੂੰ ਵਾਰ ਵਾਰ ਇਹ ਖੁੱਲ੍ਹਣੀ ਨਹੀਂ ਪੈਂਦੀ ਉੱਤੋਂ,
ਇਹਦੇ ਵਿੱਚ ਦੂਜੇ ਪਸ਼ੂ ਦਾ ਦੁੱਧ ਵੀ ਆਪਾਂ ਰੱਖ ਸਕਦੇ ਹਾਂ ਵੀ ਜਿਵੇਂ ਹਾਂ 22 ਲੀਟਰ ਦੀ ਇਹ ਕਹਿੰਦੀ ਹੈ ਵੀ 22 ਲੀਟਰ ਤੱਕ ਦੁੱਧ ਆਪਾਂ ਕੱਢ ਸਕਦੇ ਹਾਂ ਇਹਦੇ ਵਿੱਚ ਆਪਾਂ ਨੂੰ ਐਂ ਜ਼ਰੂਰੀ ਨਹੀਂ ਵੀ ਇਹਦਾ ਢੱਕ ਪੱਟ ਕੇ ਵੀ ਹੋ ਬਾਹਰ ਕੱਢ ਕੇ ਦੁੱਧ ਫੇਰ ਆਪਾਂ ਇਹਨੂੰ ਲਾਈਏ ਵਿੱਚ ਹੀ ਕੰਮ ਚੱਲ ਜਾਂਦਾ ਅਤੇ ਬਾਕੀ ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਐਵੇਂ ਜਾਣਕਾਰੀਆਂ ਦਿੰਦੇ ਰਹਾਂਗੇ ਘੰਟੀ ਵਾਲਾ ਬਟਨ ਜ਼ਰੂਰ ਨੱਪਿਆ ਕਰੋ ਉਹਦੇ ਨਾਲ ਕੀ ਹੈ ਵੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣੀਆਂ ਤੁਹਾਨੂੰ ਨਵੀਆਂ ਵੀਡੀਓ ਦੀਆਂ ਅਤੇ ਆਪਣੇ ਨਾਲ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਇੰਸਟਾਗ੍ਰਾਮ ਦੇ ਥਰੂ ਮੈਸੇਜ ਕਰਕੇ ਗੱਲਾਂ ਬਾਤਾਂ ਆਪਣੇ ਨਾਲ ਕਰ ਸਕਦਾ ਅਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ।